सरकारा कहिंदियां ने सिख ते मुसलमान अलग अलग ने, पर तुसीं इत्थे देख सकते हो दिल्ली तो लाइव अपने मुसलमान वीरां ने स्पैशल लंगर लाया हो सवेरे सवेरे। आओ आपां करवाउने आ तुहाडी गल्लबात इन्हां दे नाल। लाइव चल रहा बई, बहुत बहुत धन्यवाद थोड़ा। क्या बात है, किन्नियां दा लंगर लाया हां जी हां। लो भाजी और की कहना चाहोगे बई? हां जी की कहना चाहोगे, लाइव चल रहा अपने भाईचारे की, सिख ते मुस्लिम भाईचारे की है ना। सरकारा ने वंडता पर आपां वंडे नहीं गए है ना, ते की कहना चाहोगे इस संघर्ष बारे? ਸੰਘਰਸ਼ ਬਾਰੇ ਦੇਖੋ, ਜਿੰਨਾ ਤੱਕ ਸੰਘਰਸ਼ ਚੱਲੂਗਾ ਮਲੇਰਕੋਟਲੇ ਦਾ ਮੁਸਲਮਾਨ ਭਾਈਚਾਰਾ, ਹਾਂਜੀ ਉਹਨਾਂ ਤੱਕ ਕਿਸਾਨ ਭਰਾਵਾਂ ਦੇ ਨਾਲ ਡਟ ਕੇ ਖੜਾ ਹੈ। ਜੋ ਵੀ ਕੁਰਬਾਨੀ ਦੇਣੀ ਪਈ ਤਾਂ ਅਸੀਂ ਇਨਸ਼ਾਅੱਲਾ ਦੇਣ ਨੂੰ ਤਿਆਰ ਹਾਂ। ਜਿੰਨਾ ਤੱਕ ਵੀ ਚੱਲੂਗਾ ਸਾਲ 6 ਮਹੀਨੇ, ਉਹਨਾਂ ਤੱਕ ਸਾਡਾ ਮੁਸਲਮਾਨ ਭਾਈਚਾਰੇ ਵੱਲੋਂ ਮਲੇਰਕੋਟਲੇ ਵੱਲੋਂ ਇਹ ਲੰਗਰ ਦੀ ਸੇਵਾ ਚੱਲਦੀ ਰਹੂ। ਤੇ ਆਪਣਾ ਕੀ ਚੱਲ ਰਿਹਾ ਜੀ ਲੰਗਰ ਦੇ ਵਿੱਚ? ਦੇਖੋ ਜੀ ਆਪਣਾ ਲੰਗਰ ਚੌਲ ਵੀ ਚੱਲਦੇ ਨੇ ਜੀ, ਬਿਰਿਆਨੀ ਵੀ ਚੱਲਦੀ ਹੈ ਜੀ, ਰੋਟੀ ਵੀ ਚੱਲਦੀ ਹੈ ਜੀ। ਠੀਕ ਹੈ ਜੀ, ਜੋ ਕੁਛ ਵੀ ਆ ਹਰ ਚੀਜ਼ ਅਸੀਂ ਸਾਹਮਣੇ ਉਰੇ ਪੇਸ਼ ਕਰ ਰਹੇ ਹਾਂ ਜੀ। ਠੀਕ ਹੈ ਜੀ, ਸਾਨੂੰ ਸ਼ੁਰੂ ਤੋਂ ਹੀ ਲੱਗੇ ਹੋਏ ਜੀ, ਜਦੋਂ ਆਪਣਾ ਅੰਦੋਲਨ ਸ਼ੁਰੂ ਹੋਇਆ ਜੀ। ਮੈਨੂੰ ਲੱਗਦਾ ਮਹੀਨਾ ਹੋ ਚੱਲਿਆ ਕਿ ਨਹੀਂ? ਹਾਂਜੀ ਮਹੀਨੇ ਤੋਂ ਉੱਪਰ ਹੋ ਗਿਆ ਜੀ। ਹਾਂਜੀ ਹਾਂਜੀ ਹਾਂਜੀ। ਅੱਜ ਕੀ ਲੱਗਦਾ ਜਿੱਦਾਂ ਅੱਜ ਮੀਟਿੰਗ ਆ, ਕੀ ਲੱਗਦਾ ਤੁਹਾਨੂੰ? ਦੇਖੋ ਜੀ ਮੀਟਿੰਗ ਦਾ ਇਹ ਹੈ ਵੀ ਦੇਖੋ ਜੀ ਸਰਕਾਰ ਜਿਹੜੇ ਆਪਣੇ ਕਿਸਾਨਾਂ ਦੇ ਜੋ ਕਾਲੇ ਕਾਨੂੰਨ ਨੇ ਰੱਦ ਕਰ ਦਿੰਦੀ ਹੈ, ਤਾਂ ਆਪਾਂ ਕਿਹੜਾ ਜਿਹੜਾ ਬੈਠੇ ਸੌਂਕ ਨੂੰ ਬੈਠੇ ਹੀ ਆਪਾਂ ਹੋਵੇ? ਹਾਂਜੀ ਹਾਂਜੀ ਬਿਲਕੁਲ। ਜੇ ਕਿਸਾਨ ਸਰਕਾਰ ਕਿਸਾਨਾਂ ਦੀ ਗੱਲ ਮੰਨ ਲੈਂਦੀ ਹੈ ਤਾਂ ਆਪਾਂ ਆਪਣੇ ਘਰਾਂ ਚ ਵਗ ਜਾਵਾਂਗੇ। ਸਹੀ ਗੱਲ ਹੈ, ਸਹੀ ਗੱਲ ਹੈ। ਇਸ ਕਰਕੇ ਇਹ ਹੈ ਵੀ ਕਿਸਾਨ ਨੂੰ ਸਰਕਾਰ ਨੂੰ ਬੇਨਤੀ ਕਰਦੇ ਹਾਂ ਉਹ ਕਿਸਾਨਾਂ ਜਿਹੜੇ ਕਾਲੇ ਕਾਨੂੰਨ ਨੇ ਜਿਹੜੇ ਆਪਣੇ ਥੋਪੇ ਨੇ ਉਹਨਾਂ ਨੂੰ ਰੱਦ ਕਰੇ, ਔਰ ਕਿਸਾਨ ਭਾਈ ਆਪਣੇ ਬੱਚਿਆਂ ਨੂੰ ਲੈ ਕੇ ਮਾਵਾਂ ਨੂੰ ਲੈ ਕੇ ਆਪਦੇ ਆਪਣੇ ਘਰੇ ਜਾਣਗੇ। ਇੱਥੇ ਤੁਸੀਂ ਦੇਖ ਸਕਦੇ ਹੋ ਕਿਸਾਨ ਆਪਣੇ ਮਾਤਾਵਾਂ ਨੂੰ, ਬਜ਼ੁਰਗਾਂ ਨੂੰ, ਸਾਰਿਆਂ ਨੂੰ ਨਾਲ ਲੈ ਕੇ ਆਏ ਨੇ। ਹੁਣ ਤਾਂ ਇੱਥੇ ਅਸੀਂ ਦੇਖਿਆ ਵੀ ਛੋਟੇ ਛੋਟੇ ਬੱਚੇ ਵੀ ਪਹੁੰਚ ਗਏ ਨੇ। ਬਿਲਕੁਲ ਜੀ ਬਿਲਕੁਲ, ਬਹੁਤ ਦੇਖਦੇ ਹਾਂ, ਬਹੁਤ ਤਰਸ ਆਉਂਦੇ ਛੋਟੇ ਛੋਟੇ ਬੱਚੇ ਨੇ, ਭੈਣਾਂ ਨੇ ਸਾਡੀਆਂ, ਮਾਵਾਂ ਨੇ ਜਿਹਨਾਂ ਨੇ ਘਰੇ ਬੈਠਣਾ ਦੀ, ਆਹ ਦੇਖੋ ਸਾਡੀਆਂ ਮਾਵਾਂ ਬੈਠੀਆਂ ਨੇ ਜਿਹਨਾਂ ਨੇ ਘਰੇ ਬੈਠਣਾ ਦੀ, ਉਹ ਵਿਚਾਰੀਆਂ ਅੱਜ ਰੁਲਦੀਆਂ ਫਿਰਦੀਆਂ, ਜਿਹਨਾਂ ਨੇ ਘਰੇ ਕੰਮ ਕਰਨਾ ਦੀ ਉਹ ਅੱਜ ਰੁਲਦੇ ਫਿਰਦੇ ਨੇ। ਹਾਂਜੀ ਹਾਂਜੀ। ਇਸ ਕਰਕੇ ਬਸ ਸਰਕਾਰ ਨੂੰ ਇਹ ਬੇਨਤੀ ਕਰਦੇ ਆ ਵੀ ਜਿਹੜੇ ਵੀ ਕਾਲੇ ਕਾਨੂੰਨ ਨੇ 3 ਦਿਨਾਂ ਉਹ ਰੱਦ ਕਰੋ, ਰੱਦ ਕਰਕੇ ਕਿਸਾਨਾਂ ਨੂੰ ਆਪਣੇ ਆਪਣੇ ਘਰ ਭੇਜਣ। ਹਾਂਜੀ ਹਾਂਜੀ, ਠੀਕ ਹੈ ਬਾਈ ਜੀ, ਬਹੁਤ ਬਹੁਤ ਧੰਨਵਾਦ। ਆਹ ਦੇਖੋ ਤੁਸੀਂ ਇਹਨਾਂ ਦੇ ਭੰਡਾਰੇ, ਹਾਂਜੀ ਖੁੱਲੇ ਭੰਡਾਰੇ ਭਰੇ ਹੋਏ ਨੇ, ਪਿੱਛੇ ਵੀ ਵੱਡੀ ਸੇਵਾ। ਇੱਧਰ ਵੀ ਦੇਖੋ, ਸਵੇਰ ਦਾ ਲੰਗਰ ਤਾਂ ਚੱਲ ਹੀ ਰਿਹਾ ਪਰ ਦੁਪਹਿਰ ਦੇ ਲੰਗਰ ਦੀਆਂ ਵੀ ਨਾਲੋ ਨਾਲ ਤਿਆਰੀਆਂ ਹੋ ਰਹੀਆਂ ਨੇ, ਵੱਡੀਆਂ ਸੇਵਾਵਾਂ। ਵੱਡੇ ਭੰਡਾਰ ਜਿੱਦਾਂ ਸਵੇਰ ਦਾ ਲੰਗਰ ਚੱਲ ਰਿਹਾ ਪਰ ਦੁਪਹਿਰ ਦੇ ਲੰਗਰ ਦੀਆਂ ਵੀ ਨਾਲੋ ਨਾਲ ਤਿਆਰੀਆਂ ਹੋ ਰਹੀਆਂ ਨੇ।